ਸਾਸ਼ੀ ਅਕਾਲ ਬੱਚਿਓ ਕੱਲ ਅਸੀਂ ਪਾਠ ਨੰਬਰ 8 ਕੀਤਾ ਸੀ ਆਈ ਹੋਪ ਤੁਸੀਂ ਇਸ ਲੈਸਨ ਨੂੰ ਪੜ੍ਹਿਆ ਹੋਏਗਾ ਤੇ ਤੁਹਾਨੂੰ ਸਮਝ ਵੀ ਆ ਗਿਆ ਹੋਏਗਾ ਤੇ ਅੱਜ ਅਸੀਂ ਕਰਾਂਗੇ ਇਸ ਲੈਸਨ ਦਾ ਬੁੱਕ ਪਾਰਟ ਆਓ ਬੁੱਕ ਪਾਰਟ ਕਰੀਏ ਕੁਐਸਚਨ ਆਨਸਰਸ ਜੋ ਹੈ ਤੁਸੀਂ ਕਾਪੀ ਤੇ ਕਰ ਚੁੱਕੇ ਹੋ ਤੇ ਅਸੀਂ ਬੁੱਕ ਪਾਰਟ ਕਰਾਂਗੇ ਕੁਐਸਚਨ ਨੰਬਰ 4 ਤੋਂ ਜੋ ਕਿ ਬਹੁ ਵਿਕਲਪੀ ਪ੍ਰਸ਼ਨ ਹਨ ਪਹਿਲਾ ਕੁਐਸਚਨ ਹੈ ਜੰਗਲ ਵਿੱਚੋਂ ਕੀ ਸੁੱਕ ਚੁੱਕਾ ਸੀ ਚੀਲਾ ਨੈਕਸਟ ਹੈ ਸ਼ੇਰ ਦੀ ਸਲਾਹਕਾਰ ਕੌਣ ਸੀ ਲੂੰਬੜੀ ਸਾਰੇ ਜਾਨਵਰ ਕਿੱਥੇ ਇਕੱਠੇ ਹੋਏ ਇੱਕ ਵਿਸ਼ਾਲ ਰੁੱਖ ਦੇ ਥੱਲੇ ਹਾਥੀ ਨੇ ਪਾਣੀ ਦੇ ਘਟਣ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਮਨੁੱਖ ਨੂੰ ਜਾਨਵਰਾਂ ਦਾ ਫੈਸਲਾ ਕਿੱਥੇ ਛਪ ਗਿਆ ਅਖਬਾਰ ਵਿੱਚ ਉਸ ਤੋਂ ਬਾਅਦ ਹੇਟਲੀ ਕੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਤਾਂ ਇਹ ਤੁਸੀਂ ਆਪੇ ਬਣਾ ਸਕਦੇ ਹੋ ਛੀਲ ਤੇ ਕੋਈ ਵੀ ਵਾਕ ਬਣਾ ਸਕਦੇ ਹੋ ਛੀਲ ਸੁੱਕ ਗਈ ਸੀ ਸਾਡੇ ਜੋ ਹੈ ਸ਼ਾਇਰ ਵਿੱਚ ਇੱਕ ਛੀਲ ਹੈ ਕੁਝ ਵੀ ਬਣਾ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਹੈ ਹੇਠ ਲਿਖਿਆ ਖਾਲੀ ਥਾਵਾਂ ਭਰੋ ਉੱਪਰ ਜੋ ਹੈ ਹੈਲਪ ਬਾਕਸ ਵੀ ਦਿੱਤਾ ਹੋਇਆ ਉਥੋਂ ਦੇਖ ਕੇ ਵੀ ਤੁਸੀਂ ਭਰ ਸਕਦੇ ਹੋ ਜੰਗਲ ਵਿੱਚ ਡੈਸ਼ ਦੀ ਘਾਟ ਆ ਗਈ ਸੀ ਪਾਣੀ ਦੀ ਸ਼ੇਰ ਹਿਰਨਾ ਦੀ ਗੱਲ ਸੁਣ ਕੇ ਡੈਸ਼ ਹੋ ਗਿਆ ਗੰਭੀਰ ਸ਼ੇਰ ਕੋਲੋਂ ਝਾੜ ਖਾ ਕੇ ਲੂੰਬੜੀ ਡੈਸ਼ ਹੋ ਗਈ ਸ਼ਰਮਿੰਦੀ ਸਾਰੇ ਜਾਨਵਰ ਇੱਕ ਡੈਸ਼ ਰੁੱਖ ហេਠਾਂ ਇਕੱਠੇ ਹੋਏ ਵਿਸ਼ਾਲ ਰੁੱਖ ਮਨੁੱਖ ਡੈਸ਼ ਦਰਖਤ ਕੱਟੀ ਜਾ ਰਿਹਾ ਹੈ ਅਨਿਵਾ ਜਾਨਵਰਾਂ ਦਾ ਡੈਸ਼ ਅਖਬਾਰ ਵਿੱਚ ਛਪ ਗਿਆ ਤਾਂ ਫੈਸਲਾ ਨੈਕਸਟ ਹੈ ਹੇਟ ਲਿਖੇਵਾ ਕਿਸ ਨੇ ਕਿਸ ਨੂੰ ਅਤੇ ਕਦੋਂ ਕਹੇ ਕਦੋਂ ਕਹੇ ਲਿਖਣ ਦੀ ਜਗਤ ਨਹੀਂ ਹੈ ਕਿਉਂਕਿ ਇਹ ਸੈਂਟੈਂਸ ਬਹੁਤ ਵੱਡਾ ਹੁੰਦਾ ਹੈ ਤੇ ਇਥੇ ਜੋ ਹੈ ਸਪੇਸ ਨਹੀਂ ਹੈ ਬੁੱਕ ਦੇ ਵਿੱਚ ਤਾਂ ਅਸੀਂ ਸਿਰਫ ਕਿਸ ਨੇ ਕਿਸ ਨੂੰ ਕਿਹਾ ਲਿਖਾਂਗੇ ਇਹ ਮਸਲਾ ਤਾਂ ਸਾਰੇ ਜਾਨਵਰਾਂ ਲਈ ਇੱਕੋ ਜਿਹਾ ਹੈ ਕਿਉਂ ਨਾ ਉਹਨਾਂ ਨਾਲ ਰਲ ਕੇ ਕੋਈ ਸਕੀਮ ਸੋਚੀ ਜਾਵੇ ਤਾਂ ਇਹ ਹਿਰਨ ਨੇ ਕਿਹਾ ਸੀ ਬਾਕੀ ਜਾਨਵਰਾਂ ਨੂੰ ਲੂੰਬੜੀਏ ਤੈਨੂੰ ਹਰ ਵੇਲੇ ਸਵਾਰਥ ਦੀ ਗੱਲ ਸੁਝਦੀ ਰਹਿੰਦੀ ਹੈ ਇਹ ਕਿਹਾ ਸੀ ਸ਼ੇਰ ਨੇ ਲੂੰਬੜੀ ਨੂੰ ਪਾਣੀ ਦੇ ਇਸ ਘਾਟ ਦਾ ਜ਼ਿੰਮੇਵਾਰ ਸਿਰਫ ਮਨੁੱਖ ਹੈ ਜਿਸ ਨੇ ਆਪਣੇ ਸਵਾਰਥ ਖਾਤਰ ਵਿਸ਼ਾਲ ਜੰਗਲਾਂ ਨੂੰ ਤਬਾਹ ਕਰਨ ਦਾ ਜੋ سلسلہ ਸ਼ੁਰੂ ਕੀਤਾ ਹੈ ਉਸ ਦਾ ਕਾਰਨ ਹੀ ਹੈ ਇਹ ਮੁੱਖ ਸਮੱਸਿਆ ਤਾਂ ਇਹ ਕਿਹਾ ਸੀ ਇੱਕ ਬੁੱਢੇ ਹਾਥੀ ਨੇ ਬਾਕੀ ਜਾਨਵਰਾਂ ਨੂੰ ਨੈਕਸਟ ਹਨ ਵਿਆਕਰਨ ਦੇ ਬਹੁ ਵਿਕਲਪੀ ਪ੍ਰਸ਼ਨ ਤੱਪਦੇ ਦਾ ਉਲਟ ਸ਼ਬਦ ਲਿਖੋ ਤੱਪਦੇ ਮਤਲਬ ਜਿਹੜੇ ਅੱਗ ਨਾਲ ਤਪ ਤਪ ਜਾਂਦੀ ਹੈ ਚੀਜ਼ੇ ਤੱਪਦੇ ਦਾ ਉਲਟ ਸ਼ਬਦ ਆਏਗਾ ਠਰਦੇ ਬੁੱਢਾ ਦਾ ਇਸਤਰੀ ਲਿੰਗ ਬੁੱਢੀ ਲੂੰਬੜੀ ਬੜੀ ਚਲਾਕ ਹੈ ਦਾ ਵਚਨ ਬਦਲੋ ਲੂੰਬੜੀਆਂ ਬੜੀਆਂ ਚਲਾਕ ਹਨ 71 ਦਾ ਸਮਾਨਾਰਥਕ ਸ਼ਬਦ ਇਕੱਠੇ ਉਸ ਤੋਂ ਬਾਅਦ ਹੈੇਠਾਂ ਦਿੱਤੇ ਪੈਰੇ ਨੂੰ ਪੜੋ ਤੇ ਪ੍ਰਸ਼ਨਾਂ ਦੇ ਉੱਤਰ ਦਿਓ ਪੈਰਾ ਹੈ ਇਹ ਮੇਰਾ ਸਕੂਲ ਹੈ ਇਹ ਸਵੇਰੇ 8 ਵਜੇ ਲੱਗਦਾ ਹੈ ਮੇਰੇ ਸਕੂਲ ਬਾਰੇ ਸਭ ਜਾਣਦੇ ਹਨ ਇੱਥੋਂ ਦੀ ਪੜ੍ਹਾਈ ਮੰਨੀ ਹੋਈ ਹੈ ਮੈਂ ਤੇ ਮੇਰਾ ਦੋਸਤ ਦਿਨੇਸ਼ ਇੱਥੇ 6ਵੀਂ ਜਮਾਤ ਵਿੱਚ ਪੜ੍ਹਦੇ ਹਾਂ ਦਿਨੇਸ਼ ਸਾਡਾ ਮਨੀਟਰ ਹੈ ਕਵੈਸਚਨ ਹੈ ਸਕੂਲ ਕਿੰਨੇ ਵਜੇ ਲੱਗਦਾ ਹੈ ਤਾਂ ਸਵੇਰੇ 8 ਵਜੇ ਇੱਥੋਂ ਦੀ ਪੜ੍ਹਾਈ ਕਿਹੋ ਜਿਹੀ ਹੈ ਮੰਨੀ ਹੋਈ ਦਿਨੇਸ਼ ਜਮਾਤ ਦਾ ਕੀ ਹੈ ਮੋਨੀਟਰ ਔਰ ਮੈਂ ਮੇਰਾ ਉਹ ਕਿਹੜੇ ਸ਼ਬਦ ਹਨ ਪੜਨਾਮ ਸ਼ਬਦ ਠੀਕ ਹੈ ਆਈ ਹੋਪ ਤੁਸੀਂ ਜੋ ਹੈ ਇਸ ਵੀਡੀਓ ਨੂੰ ਦੇਖ ਕੇ ਆਪਣਾ ਜੋ ਬੁੱਕ ਪੁਆਇੰਟ ਹੈ ਉਹ ਕੰਪਲੀਟ ਕਰੋਗੇ ਅਤੇ ਐਮਸੀਕਿਊਜ਼ ਨੂੰ ਯਾਦ ਕਰੋਗੇ ਧੰਨਵਾਦ